पंजाब के मोगा की बात करेंगे, जहां पर किसानों का शुक्रवार को दूसरे दिन भी रेल रोको आंदोलन जारी रहा। 3 दिन के लिए पंजाब के 15 रेलवे स्टेशन पर 18 किसान जत्थेबंदियों की ओर से धरने लगाकर ट्रेनें रोकी गई है। यह धरना प्रदर्शन 30 सितंबर शाम 5 बजे तक जारी रहेगा। किसानों ने कहा कि आज हमारा धरने का दूसरा दिवस है, लेकिन सरकार हमारी मांगों की ओर ध्यान नहीं दे रही है। अगर सरकार ने हमारी मांगों को और ध्यान नहीं दिया तो हमारा संघर्ष लगातार जारी रहेगा। ਸਾਡਾ ਅੱਜ ਮੋਗਾ ਰੇਲਵੇ ਸਟੇਸ਼ਨ ਤੇ ਧਰਨਾ ਦੂਸਰੇ ਦਿਨ ਚਲਿਆ ਗਿਆ ਹੈ। ਵੈਸੇ 3 ਦਿਨ ਦਾ ਸਾਡਾ ਪੱਕਾ ਐਲਾਨ ਕੀਤਾ ਗਿਆ, ਪ੍ਰਸ਼ਾਸਨ ਕੋਈ ਅੱਜ ਤੱਕ ਸਾਡੇ ਕੋਲ ਖਬਰ ਲੈਣ ਨਹੀਂ ਆਇਆ, ਕਿਉਂਕਿ ਜੇ ਸਰਕਾਰ ਦੀ ਨੀਤੀ ਹੈ, ਨੀਤ ਤੇ ਨੀਤੀ 'ਚ ਫਰਕ ਹੈ। ਜੇ ਸਰਕਾਰ ਉਹਨਾਂ ਨੂੰ ਆਰਡਰ ਦੇਊਗੀ ਫਿਰ ਹੀ ਪ੍ਰਸ਼ਾਸਨ ਥੱਲੇ ਆਊਗਾ। ਸਰਕਾਰ ਇਹ ਮੰਨਣਾ ਨਹੀਂ ਚਾਹੁੰਦੇ, ਪਰ ਕਿਸਾਨਾਂ ਦੀ ਇਹ ਮਜਬੂਰੀ ਹੈ ਸਾਡੇ ਧਰਨੇ ਲਾਉਣੇ, ਕਿਉਂਕਿ ਜੇ ਅਸੀਂ ਧਰਨੇ ਨਹੀਂ ਲਾਉਂਦੇ ਤੇ ਜਿਹੜੇ ਹੜ੍ਹ ਪੀੜਤ ਇਲਾਕੇ ਆ, ਪਹਿਲਾਂ ਵੀ ਗੱਲਬਾਤ ਚੱਲਦੀ ਹੈ, ਕੱਲ੍ਹ ਵੀ ਗੱਲਾਂ ਹੋਈਆਂ ਵੀ ਹੈ, ਹੜ੍ਹ ਪੀੜਤ ਇਲਾਕਿਆਂ 'ਚ ਕਾਫੀ ਇਹਨਾਂ ਨੇ ਕੁਦਰਤੀ ਨੁਕਸਾਨ ਨਹੀਂ ਇਹਨਾਂ ਨੇ, ਸਰਕਾਰ ਨੇ ਜਿਹੜਾ ਬਣਾਉਟੀ ਨੁਕਸਾਨ ਕੀਤਾ ਹੋਇਆ, ਕਿਉਂਕਿ 2-2, 3-3 ਵਾਰ ਹੜ੍ਹ ਲਿਆਂਦੇ ਗਏ ਆ। ਅੱਜ ਸਾਡਾ ਜੀ ਦੂਸਰੇ ਦਿਨ ਦੇ ਵਿੱਚ ਇਹ ਜਿਹੜਾ ਧਰਨਾ ਵਾ ਮੋਗਾ ਰੇਲਵੇ ਸਟੇਸ਼ਨ ਤੇ ਦਾਖਲ ਹੋ ਗਿਆ, ਜਿਹੜਾ ਕੱਲ 28 ਤਰੀਕ ਨੂੰ ਅਸੀਂ ਸ਼ੁਰੂ ਕੀਤਾ ਸੀਗਾ। ਇਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ, ਇਹ ਅਸੀਂ ਕਿਉਂ ਬੈਠੇ ਹਾਂ ਇੱਥੇ, ਵੀ ਜਿਹੜੇ ਹੜ੍ਹ ਪੀੜਤ ਜਿਹਦੇ ਨਾਲ ਐਰਕੀ ਪੰਜਾਬ, ਹਰਿਆਣਾ, ਹਿਮਾਚਲ ਜਿਹੜਾ ਵਾ ਉਹ ਆਮ ਅੱਧਿਓਂ ਜ਼ਿਆਦਾ ਡੁੱਬ ਚੁੱਕਾ ਵਾ, ਜਿਹੜੀਆਂ ਫਸਲਾਂ ਨੇ ਉਹ ਬਰਬਾਦ ਹੋ ਚੁੱਕੀਆਂ ਨੇ, ਉਹਦੇ ਮਾਜਬੇ ਲੈਣ ਵਾਸਤੇ ਵੀ 50,000 ਪ੍ਰਤੀ ਏਕੜ ਉਹਦਾ ਮਾਜਬਾ ਦਿੱਤਾ ਜਾਵੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ ਆ, ਉਹਨਾਂ ਨੂੰ 2 ਲੱਖ ਰੁਪਇਆ ਪ੍ਰਤੀ ਮਕਾਨ ਜਿਹੜਾ ਵਾ ਦਿੱਤਾ ਜਾਵੇ। ਅੱਜ ਸਾਡਾ ਦੂਜੇ ਦਿਨ ਦਾ ਧਰਨਾ, ਆਪਾਂ ਕੱਲ੍ਹ ਨਾਲੋਂ ਵੀ ਜ਼ਬਰਦਸਤ ਧਰਨਾ ਹੋਊਗਾ, ਵੱਧ ਤੋਂ ਵੱਧ ਲੋਕ ਪਹੁੰਚਣਗੇ। ਮੰਗਾਂ ਸਾਡੀਆਂ, ਮੇਨ ਮੰਗ ਸਾਡੀ ਬਹੁਤ ਚਿਰ ਤੋਂ ਲਟਕਦੀ ਆਉਂਦੀ ਆ, ਜਿਹੜੀ ਕੇਂਦਰ ਸਰਕਾਰ ਨੇ ਲਿਖਤੀ ਰੂਪ 'ਚ ਵੀ ਮੰਨੀ ਸੀ MSP ਦੀ, ਕਿ ਸਵਾਮੀਨਾਥਨ ਰਿਪੋਰਟ ਦੇ ਤਹਿਤ ਉਸਦਾ ਪਲੱਸ 50% C2 ਫਾਰਮੂਲੇ ਦੇ ਤਹਿਤ ਮੁਨਾਫਾ ਜੋੜ ਕੇ ਅਤੇ ਉਹ ਰੇਟ ਬੰਨ ਕੇ ਉਹਦਾ ਸਰਕਾਰੀ ਗਰੰਟੀ ਖਰੀਦ ਦਾ ਕਾਨੂੰਨ ਬਣਾਇਆ ਜਾਵੇ। ਇਸੇ ਤਰ੍ਹਾਂ ਦਿੱਲੀ ਸਰਕਾਰ ਦੇ ਨਾਲ ਸੰਬੰਧਿਤ ਹੈਗੀ ਸਾਡੀ